ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮ ਪੈਟਰੋਲ ਪੰਪ ਵਿਕਦੇ ਪਏ ਆ ਏਅਰਪੋਰਟ ਵਿਕ ਗਏ ਠੀਕ ਆ ਜੀ ਰੇਲਵੇ ਸਟੇਸ਼ਨ ਵਿਕ ਗਏ ਜੀ ਲਾਲ ਕਿਲਾ ਵਿਕ ਗਿਆ ਜੀ ਉਹ ਭਰਾਵੋ ਕੁਝ ਰਹਿਣ ਵੀ ਦਿਓ ਦੇਸ਼ ਦੀ ਕੋਈ ਕੋਈ ਵਿਰਾਸਤ ਆਪਣੇ ਪੱਲੇ ਵੀ ਰਹਿਣ ਦਿਓ ਕਿ ਸਾਰਾ ਕੁਝ ਵੇਚ ਕੇ ਚਲੇ ਜਾਣਾ ਸਾਰਾ ਕਿਸਾਨੀ ਵਰਗ ਸਾਰਾ ਇਸ ਟਾਈਮ 1 ਡਿਗਰੀ ਟੈਂਪਰੇਚਰ ਦੇ ਵਿੱਚ ਬਾਰਡਰਾਂ ਤੇ ਬੈਠਾ ਤੇ ਤੁਹਾਨੂੰ ਉਹਨਾਂ ਦੀ ਚੱਜ ਦੀ ਜਿਹੜੀ ਰੋਟੀ ਖਾਂਦੇ ਉਹ ਵੀ ਨਹੀਂ ਹজম ਹੋ ਰਹੀ ਤੁਸੀਂ ਇਹਨਾਂ ਨੂੰ ਕਹਿੰਦੇ ਦੇਸ਼ਦਰੋਹੀ ਹੈ ਅੱਜ ਵੀ ਜਦੋਂ ਸਾਡਾ ਕਿਸਾਨ ਕਿਉਂਕਿ ਦੇਸ਼ ਦਾ ਅੰਨ ਦਾਤਾ ਕਿਸਾਨ ਹੈ ਦੇਸ਼ ਨੂੰ ਅੰਨ ਦੇਣ ਵਾਲਾ ਦੁੱਧ ਦੇਣ ਵਾਲਾ ਪਦਾਰਥ ਦੇਣ ਵਾਲਾ ਜਿਹਦੇ ਕਰਕੇ ਅਸੀਂ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਸੌਂਦੇ ਆ ਅੱਜ ਅਗਰ ਉਹ ਸੜਕਾਂ ਤੇ ਬੈਠਾ ਤਾਂ ਲੱਖ ਲਾਂਤ ਐ ਉਹਦੀਆਂ ਸਰਕਾਰਾਂ ਤੇ ਲੱਖ ਲਾਂਤ ਐ ਉਹਦੇ ਕਾਨੂੰਨਾਂ ਤੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਨੇ ਦੇਸ਼ ਦਾ ਨਕਸ਼ਾ ਤਾਂ ਬਣਾਇਆ ਪਰ ਦੇਸ਼ ਦੇ ਨਕਸ਼ੇ ਅੰਦਰ ਕਿਸਾਨੀ ਦੀ ਹਾਲਤ ਨੂੰ ਬਿਆਨ ਕੀਤਾ ਹੈ ਗੱਲਬਤ ਕਰਾਂਗੇ ਗੁਰਪ੍ਰੀਤ ਸਿੰਘਾ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਤੁਸੀਂ ਦੇਸ਼ ਦਾ ਨਕਸ਼ਾ ਤਾਂ ਬਣਾਇਆ ਵਾ ਪਰ ਇਸ ਵਿੱਚ slogan ਆਪਣੇ ਹਿਸਾਬ ਨਾਲ ਦਿੱਤੇ ਗਏ ਨੇ ਕਿਸਾਨ ਬਚਾਓ ਦੇਸ਼ ਬਚਾਓ ਨੋ ਹੈਪੀ ਨਿਊ ਇਅਰ 2021 ਸਟਾਪ ਡਿਕਟੇਟਰਸ਼ਿਪ ਹੋਰ ਵੀ ਕੁਝ ਤੁਸੀਂ ਇਹ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਕੀ ਕਹਿਣਾ ਚਾਹੁੰਦੇ ਜਦੋਂ ਤਾਂ ਜਦੋਂ ਦਾ ਜਿਹੜਾ ਭਾਰਤ ਦਾ ਜਿਹੜਾ ਕਿਸਾਨੀ ਵਰਗ ਹੈ ਇਹ ਜੂਸ ਦਾ ਨਜ਼ਰ ਆ ਰਿਹਾ ਹੈ ਜਦੋਂ ਦਾ ਸੜਕਾਂ ਤੇ ਬੈਠਾ ਹੈ ਜਦੋਂ ਦਾ ਉੱਥੇ ੱੱਕੇ ਖਾ ਰਿਆ ਸੜਕਾਂ ਦੇ ਉੱਤੇ ਚੌਂਕਾਂ ਦੇ ਉੱਤੇ ਲੋਕ ਬੈਠੇ ਨੇ ਪਿਛਲੇ ਕਾਫੀ ਸਾਰੇ ਦਿਨਾਂ ਤੋਂ ਤੇ ਉਦੋਂ ਦਾ ਨਵੇਂ ਸਾਲ ਦੀਆਂ ਜਿਹੜੀਆਂ ਲੋਕ ਕਹਿੰਦੇ ਖੁਸ਼ੀਆਂ ਮਨਾਓ ਜੀ ਹੈਪੀ ਨਿਊ ਇਅਰ ਅਸੀਂ ਤਾਂ ਇਹ ਕਹਿੰਦੇ ਹਾਂ ਉਦੋਂ ਤੱਕ ਕਾਦਾ ਹੈਪੀ ਨਿਊ ਇਅਰ ਨੋ ਹੈਪੀ ਨਿਊ ਇਅਰ ਦਾ ਅਸੀਂ ਮੈਸੇਜ ਦੇਵਾਂਗੇ ਕਿਉਂਕਿ ਇੱਕ ਗੱਲ ਬਹੁਤ ਵੱਡੀ ਕਹਿਣ ਵਾਲੀ ਹੈ ਸਾਰਾ ਆਵਾਮ ਪੰਜਾਬ ਦਾ ਕਿਸਾਨੀ ਵਰਗ ਮਜ਼ਦੂਰ ਵਰਗ ਉੱਤੇ ਸੜਕਾਂ ਤੇ ਰੁੱਲ ਰਿਹਾ ਹੈ ਕੇਂਦਰ ਸਰਕਾਰ ਨੂੰ ਕਹਿ ਰਿਹਾ ਹੈ ਹੱਥ ਜੋੜ-ਜੋੜ ਕੇ ਕਿ ਸਾਡਾ ਜਿਹੜਾ ਕਿਸਾਨ ਮਾਰੂ ਬਿੱਲ ਹੈਗਾ ਜਿਹੜਾ ਤੁਸੀਂ ਲਾਗੂ ਕੀਤਾ ਵਾਪਸ ਕੀਤਾ ਜਾਵੇ ਤੇ ਅਸੀਂ ਹਸਦੇ ਖੇਡਦੇ ਆਪਣੇ ਘਰੇ ਜਾ ਕੇ ਕਿਸਾਨੀ ਕਰ ਸਕੀਏ ਲੇਕਿਨ ਪਤਾ ਨਹੀਂ ਰੱਬ ਜਾਣੇ ਕਿਉਂ ਕੇਂਦਰ ਸਰਕਾਰ ਧੱਕੇ ਨਾਲ ਥੋਪ ਰਹੀ ਹੈ ਇਸੇ ਕਰਕੇ ਮੈਨੂੰ ਹਾਰ ਕੇ ਲਿਖਣਾ ਪਿਆ ਇਸ ਮਾਡਲ ਦੇ ਵਿੱਚ ਕਿ ਤਾਨਾਸ਼ਾਹੀ ਬੰਦ ਕਰੋ ਸਟਾਪ ਡਿਕਟੇਟਰਸ਼ਿਪ ਕਿ ਜਿਹੜੀ ਤਾਨਾਸ਼ਾਹੀ ਹੁੰਦੀ ਹੈ ਧੱਕੇ ਨਾਲ ਕਿਸੇ ਤੇ ਕੋਈ ਠੋਪਣਾ ਇਹ ਚੀਜ਼ ਬੰਦ ਹੋਵੇ ਆਮ ਲੋਕਾਂ ਦੇ ਆਵਾਮ ਦੀ ਕਿਸਾਨਾਂ ਦੀ ਮਜ਼ਦੂਰ ਵਰਗ ਦੀ ਸੁਣੀ ਜਾਵੇ ਤੇ ਲੋਕਾਂ ਦੇ ਹੱਕ ਦੇ ਵਿੱਚ ਸਰਕਾਰ ਨਿਤਰੇ ਤੁਸੀਂ ਆਪਣੇ ਇਸ ਨਕਸ਼ੇ ਵਿੱਚ ਐਮਐਸਪੀ ਵੀ ਦਿਖਾਈ ਹੈ ਤਾਲਾ ਲੱਗਾ ਹੋਇਆ ਔਰ ਨਾਲ ਤੁਸੀਂ ਦਾਤਰੀ ਦਿਖਾਈ ਹੈ ਦਾਤਰੀ ਨੂੰ ਸੰਗਲ ਵਿੱਚ ਬੰਨਿਆ ਦਿਖਾਇਆ ਇਹਦਾ ਕੀ ਮਕਸਦ ਇਹਦਾ ਮਤਲਬ ਇਹ ਹੀ ਹੈ ਕਿਸਾਨ ਦਾ ਜੋ ਮੇਨ ਮੁੱਖ ਔਜ਼ਾਰ ਗਿਣਿਆ ਜਾਂਦਾ ਹੈ ਦਾਤਰੀ ਜਦੋਂ ਵੀ ਉਹ ਫਸਲ ਕੱਟਦਾ ਹੈ ਕਣਕ ਵੱਢਦਾ ਹੈ ਜਾਂ ਕੋਈ ਪੱਠੇ ਵੱਢਦਾ ਹੈ ਪਸ਼ੂਆਂ ਦੇ ਲਈ ਜਿਹਦੇ ਪਸ਼ੂਆਂ ਨੂੰ ਪਾਉਂਦੇ ਆ ਤੇ ਦੁੱਧ ਦਹੀਂ ਘਿਓ ਮੱਖਣ ਪਨੀਰ ਸਾਰੀ ਉਪਜ ਹੁੰਦੀ ਹੈ ਜਿਹੜੀ ਖਾਦ ਪਦਾਰਥ ਤਿਆਰ ਹੁੰਦੇ ਆ ਉਹ ਦਤਰੀ ਨੂੰ ਅਸੀਂ ਤਾਨਾਸ਼ਾਈ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਦਿਖਾਇਆ ਕਿ ਅੱਜ ਕੁਝ ਕਾਰਪੋਰੇਟ ਘਰਾਣਿਆਂ ਦੇ ਅਧੀਨ ਇਹ ਚੀਜ਼ਾਂ ਜਕੜਦੀਆਂ ਨਜ਼ਰ ਆ ਰਹੀਆਂ ਜੋ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰਕੇ ਜਕੜਦੀਆਂ ਨਜ਼ਰ ਆ ਰਹੀਆਂ ਤੇ ਐਮਐਸਪੀ ਦਾ ਉਹਨੂੰ ਤਾਲਾ ਲੱਗਿਆ ਦਿਖਾਇਆ ਕਿ ਜਿਹੜੇ ਕਿਸਾਨ ਮਾਰੂ ਬਿੱਲ ਹੈਗੇ ਆ ਇਹ ਕਿਤੇ ਨਾ ਕਿਤੇ ਸਾਡੇ ਕਿਸਾਨੀ ਵਰਗ ਨੂੰ ਢਾਹ ਲਾ ਰਹੇ ਨੇ ਆਉਣ ਵਾਲੇ ਟਾਈਮ 'ਚ ਉਹ ਨਾ ਹੋਵੇ ਜਿਹੜਾ 25 ਰੁਪਏ ਕਿਲੋ ਆਟਾ ਤੇ 80 ਰੁਪਏ ਕਿਲੋ ਸਾਨੂੰ ਲੈਣਾ ਪਵੇ ਤੇ ਜਿਹੜਾ ਮਜ਼ਦੂਰ ਵਰਗਕ ਹੈ ਇਹ ਆਉਣ ਵਾਲੇ ਟਾਈਮ 'ਚ ਹੋਰ ਜ਼ਿਆਦਾ ਉਹ ਨਾ ਹੋਵੇ ਜਿਹੜੀਆਂ ਖੁਦਕੁਸ਼ੀਆਂ ਵੱਧ ਜਾਣ ਇਸ ਕਰਕੇ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਆਪਣੇ ਬਿੱਲ ਵਾਪਸ ਲੈਣ ਕਿਉਂਕਿ ਬਹੁਤ ਸਾਲਾਂ ਤੋਂ ਜਦੋਂ ਵੀ ਨਵਾਂ ਸਾਲ ਹੁੰਦਾ ਜੇ ਅਸੀਂ ਖੁਸ਼ੀਆਂ ਖੁਸ਼ੀਆਂ ਚਾਵਾ ਨਾਲ ਵਧਾਈਆਂ ਦੇ ਦਈਆਂ ਸੀ ਸੋਹਣੇ ਗਰੀਟਿੰਗ ਬਣਾਏ ਦੇ ਤੇ ਅੱਜ ਸਾਨੂੰ ਲਿਖਣਾ ਪੈ ਗਿਆ ਕਿ ਨੋ ਹੈਪੀ ਨਿਊ ਇਅਰ ਪਰ ਤੁਸੀਂ ਤਾਂ ਆਖਰ ਵਿੱਚ ਐਮਐਸਪੀ ਜਾਂ ਕਿਸਾਨ ਵੀ ਆਖਰ ਵਿੱਚ ਐਮਐਸਪੀ ਜਿਹੜੀ ਉਹ ਖਤਮ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਨੇ ਸਾਫ਼-ਸਾਫ਼ ਸ਼ਬਦਾਂ ਵਿੱਚ ਕਿਹਾ ਵੀ ਐਮਐਸਪੀ ਜਿਹੜੀ ਖਤਮ ਨਹੀਂ ਹੋਊਗੀ ਗਾਰੰਟੀ ਲਿਖ ਦੇਣ ਨੂੰ ਤਿਆਰ ਨੇ ਔਰ ਦੂਜੇ ਪਾਸੇ ਉਹਨਾਂ ਵੱਲੋਂ ਇਹੀ ਆਖਿਆ ਜਾ ਰਿਹਾ ਵੀ 100 ਤਾਂ ਹੋ ਸਕਦੀ ਹੈ ਪਰ ਇਹ ਜਿਹੜੇ ਬਿੱਲੇ ਇਹ ਬਿੱਲ ਖਰਚ ਨਹੀਂ ਹੋ ਸਕਦਾ ਇਹਦੀ ਜੀ ਦੀ ਜਾਗਦੀ ਮੈਂ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਹਾਂ ਸਬੂਤ ਦੇ ਸਕਦਾ ਹਾਂ ਵੀ ਦੇਖੋ ਜਦੋਂ Jio ਦੀ SIM ਆਈ ਸੀਗੀ ਉਦੋਂ ਕਹਿੰਦੇ ਜੀ ਫ੍ਰੀ ਹੈ ਜੀ ਸਾਰੀ ਤੁਹਾਨੂੰ ਲਾਈਫਟਾਈਮ ਫ੍ਰੀ ਜਿ ਮਿਲੇਗੀ ਜਦੋਂ Jio ਦੀ SIM ਆਈ ਫ੍ਰੀ ਫਿਰ 6 ਮਹੀਨੇ ਬਾਅਦ ਕਹਿੰਦੇ ਹੁਣ ਤੁਹਾਨੂੰ 99 ਰੁਪਏ ਦੇਣੇ ਪੈਣਗੇ ਫਿਰ 199 ਫਿਰ 299 ਫਿਰ 599 ਫਿਰ 699 ਇਸੇ ਤਰ੍ਹਾਂ ਇੱਕ ਵਾਰੀ ਮਿੱਠੀ ਗੋਲੀ ਦੇ ਕੇ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੌਲੀਪੌਪ ਦੇ ਕੇ ਆਪਣੇ ਗੱਲਾਂ 'ਚ ਲਿਓਣੇ ਚਾਹੁੰਦੇ ਆ ਤੇ ਨਾਲੇ ਮੈਂ ਇੱਕ ਗੱਲ ਇਹ ਕਰ ਦਵਾ ਜਿਸ ਤਰ੍ਹਾਂ ਉਦੋਂ ਚਾਂਸੇ 'ਚ ਫਸਾ ਕੇ ਲੋਕਾਂ ਨੂੰ ਕਾਬੂ 'ਚ ਕਰ ਲਏ ਤੇ ਅੱਜ ਵੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾ ਇਹ ਕਹਿੰਦੇ ਆ ਨਵੇਂ ਅਸੀਂ ਸੋਧ ਕੀਤੀ ਹੈ ਕਿਸ ਕਿਸਾਨੀ ਬਿੱਲਾਂ ਦੇ ਵਿੱਚ ਜੀ ਆਉਣ ਵਾਲੇ ਟਾਈਮ 'ਚ ਕਿਸਾਨ ਨੂੰ ਕੋਈ ਦਿੱਕਤ ਹੋਏਗੀ ਤੇ ਅਸੀਂ ਇਹਦੀ ਸੁਣਵਾਈ ਕਰ ਸਕਾਂਗੇ ਕਿਸਾਨ ਅਪੀਲ ਕਰ ਸਕਦਾ ਮੈਂ ਇਹਨਾਂ ਨੂੰ ਇੱਕ ਸਵਾਲ ਕਰਨਾ ਚਾਹੂੰਗਾ ਜਦੋਂ 10 ਲੱਖ ਦੀ ਕਰੀਬ ਗਿਣਤੀ ਦੇ ਅਨੇਕ ਵੱਖ-ਵੱਖ ਸਟੇਟਾਂ ਤੋਂ ਲੋਕ ਅਤੇ ਕਿਸਾਨ ਮਜ਼ਦੂਰ ਪਹੁੰਚੇ ਹੋਏ ਨੇ ਇਹਨਾਂ ਦੀ ਪੁਕਾਰ ਤਾਂ ਕੇਂਦਰ ਸੁਣਦੀ ਨਹੀਂ ਪਈਗੀ ਇੱਕ ਕੱਲੇ ਕਿਸਾਨ ਦਾ ਇੱਕ ਕੱਲੇ ਮਜ਼ਦੂਰ ਦੀ ਪੁਕਾਰ ਸੁਣ ਲੇਗੀ ਇਹ ਮੇਰਾ ਸਵਾਲ ਹੈ ਸਰਕਾਰ ਨੂੰ ਤੁਸੀਂ ਬੜੇ ਪੜੇ ਲਿਖੇ ਹੋ ਬੜੇ ਸੂਝਵਾਨ ਬੰਦੇ ਹੋ ਇੱਕ ਬੰਦੇ ਦੀ ਪੁਕਾਰ ਸੁਣ ਲੋਗੇ ਜੇ ਤੁਸੀਂ 10 ਲੱਖ ਬੰਦੇ ਦੀ ਨਹੀਂ ਸੁਣਦੇ ਤਾਂ ਕੀ ਦੇਸ਼ ਦੀ ਕਿਸਾਨੀ ਨੂੰ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀ ਰੱਖ ਦਿੱਤਾ ਕੇਂਦਰ ਸਰਕਾਰ ਨੇ ਉਹਦਾ ਜੀਦਾ ਜਾਗਦਾ ਨਮੂਨਾ ਦੇਖ ਲਓ ਪੈਟਰੋਲ ਪੰਪ ਵਿਕਦੇ ਪਏ ਆ ਏਅਰਪੋਰਟ ਵਿਕ ਗਏ ਠੀਕ ਹੈ ਜੀ ਰੇਲਵੇ ਸਟੇਸ਼ਨ ਵਿਕ ਗਿਆ ਜੀ ਲਾਲ ਕਿਲਾ ਵਿਕ ਗਿਆ ਜੀ ਉਹ ਭਰਾਵੋ ਕੁਛ ਰਹਿਣ ਵੀ ਦੋ ਦੇਸ਼ ਦੀ ਕੋਈ ਕੋਈ ਵਿਰਾਸਤ ਆਪਣੇ ਪੱਲੇ ਵੀ ਰਹਿਣ ਦਿਓ ਕਿ ਸਾਰਾ ਕੁਝ ਵੇਚ ਕੇ ਚਲੇ ਜਾਣਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਬੰਦਾ ਦੁਨੀਆ ਤੋਂ ਜਾਂਦਾ ਹੈ ਨਾ ਨਾਲ ਕੁਝ ਨਹੀਂ ਲੈ ਕੇ ਜਾਂਦਾ ਇਸ ਕਰਕੇ ਤੁਹਾਨੂੰ ਇਹ ਸੋਝੀ ਹੋਣੀ ਚਾਹੀਦੀ ਹੈ ਲੱਖਾਂ ਲੋਕਾਂ ਦੀ ਬਦਵਾਵਾ ਨਾਲ ਲਵੋ ਸਾਰਾ ਕਿਸਾਨੀ ਵਰਗ ਸਾਰਾ ਇਸ ਟਾਈਮ 1 ਡਿਗਰੀ ਟੈਂਪਰੇਚਰ ਦੇ ਵਿੱਚ ਬਾਰਡਰਾਂ ਤੇ ਬੈਠਾ ਤੇ ਤੁਹਾਨੂੰ ਉਹਨਾਂ ਦੀ ਚੱਜ ਦੀ ਜਿਹੜੀ ਰੋਟੀ ਖਾਂਦੇ ਉਹ ਵੀ ਨਹੀਂ ਹজম ਹੋ ਰਹੀ ਤੁਸੀਂ ਇਹਨਾਂ ਨੂੰ ਕਹਿੰਦੇ ਦੇਸ਼ਦਰੋਹੀ ਹੈ ਕਿ ਜਿਹੜਾ ਰੱਜ ਕੇ ਰੋਟੀ ਖਾਂਦਾ ਹੈ ਆਪਣੇ ਹੱਕ ਦੀ ਬਾਤ ਚੁ ਤੁਸੀਂ ਇਹਨਾਂ ਨੇ ਬਾਤ ਚੁੱਕੀ ਹੈ ਵੀ ਜਿਹੜਾ ਪੰਜਾਬ ਦੀ ਸੰਪਤੀ ਨੂੰ ਨਸ਼ਟ ਕਰਦਾ ਹੈ ਪੰਜਾਬ ਦੀ ਜਿਹੜੀ ਪ੍ਰਾਪਰਟੀ ਹੈਗੀ ਉਹਨੂੰ ਜਿਹੜਾ ਨਸ਼ਟ ਕਰਦਾ ਉਹ ਦੇਸ਼ਦਰੋਹੀ ਹੈ ਕਿਸੇ ਸਟੇਟ ਦੀ ਜਾਂ ਦੇਸ਼ ਦੀ ਕਿਸੇ ਪ੍ਰਾਪਰਟੀ ਨੂੰ ਨਸ਼ਟ ਕਰਦਾ ਇਹਦਾ ਮਤਲਬ ਜਦੋਂ ਕਨਸਾਨ ਸ਼ਾਂਤੀਪੂਰਵਕ ਅੰਦੋਲਨ ਕਰਨ ਲਈ ਦਿੱਲੀ ਦੀ ਧਰਤੀ ਤੇ ਜਾ ਰਹੇ ਸੀ ਰਾਸਤੇ ਜਦੋਂ ਸਰਕਾਰਾਂ ਨੇ ਖੁਦ ਆਪਣੀਆਂ ਬੁਲਡੋਜ਼ਰਾਂ ਭੇਜ ਕੇ ਸੜਕਾਂ ਤੜਾਈਆਂ ਤੇ ਉਹ ਵੀ ਦੇਸ਼ਦਰੋਹੀ ਹੋਏ ਨਾ ਉਹਨਾਂ ਤੇ ਕਰੋ ਬੰਦੀ ਕਾਰਵਾਈ ਫਿਰ ਇਟ ਮੀਨਸ ਵੀ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੋਮੀ ਇਹ ਜਿਵੇਂ ਤੁਸੀਂ ਜਿਹੜੀ ਕਰ ਦਿੰਦੇ ਹੋ ਨਾ ਗੱਲ ਉਹ ਨਾ ਕਰੋ ਗੱਲਾਂ ਹਮੇਸ਼ਾ ਬਰਾਬਰ ਦਾ ਵਰਣਵਾ ਜਿਹੜਾ ਨਿਆ ਹੈਗਾ ਉਹ ਦਵੋ ਕੀ ਤੁਸੀਂ ਦਿੱਲੀ ਹੋ ਕੇ ਆਏ ਹੋ ਆਪ ਖੁਦ ਮੈਂ ਦਿੱਲੀ ਨਹੀਂ ਗਿਆ ਲੇਕਿਨ ਇੱਥੇ ਜਿੱਥੇ ਵੀ ਸਾਡੇ ਬਾਰਡਰਾਂ ਤੇ ਆ ਜਿੱਥੇ ਟੋਲ ਪਲਾਜ਼ਾਂ ਤੇ ਜਿੱਥੇ ਜਿੱਥੇ ਵੀ ਸੰਘਰਸ਼ ਚੱਲ ਰਿਹਾ ਅਸੀਂ ਉਹਨਾਂ ਦਾ ਹਿੱਸਾ ਬਣੇ ਆ ਤੇ ਪਹਿਲਾਂ ਵੀ ਜਦੋਂ ਤੋਂ ਆਵਾਜ਼ ਆ ਰਹੀ ਹੈ ਅਸੀਂ ਨਾਲ ਪੁਕਾਰ ਕਰ ਰਹੇ ਹਾਂ ਮੀਡੀਆ ਦੇ ਮਾਧਮ ਰਾਹੀਂ ਵੀ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਵੀ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜਾ ਕੇ ਵੀ ਅਸੀਂ ਹਿੱਸਾ ਬਣੇ ਆ ਤੇ ਜਦੋਂ ਲੋੜ ਪਈ ਤੇ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਛਾਤੀਆਂ ਨਾਲ ਅੱਗੇ ਕਰਾਂਗੇ ਪਾਵੇਂ ਸ਼ਹਾਤਾ ਵੀ ਦੇਣੀਆਂ ਪੈਣ। ਖੇਤੀ ਕਾਨੂੰਨ ਜੇਕਰ ਲਾਗੂ ਹੋੁੰਦੇ ਨੇ ਕਿ ਨੁਕਸਾਨ ਕੀ ਹੁੰਦਾ? ਨੁਕਸਾਨ ਦੇਖੋ ਜੀ ਸਾਹਮਣੇ ਹੈਗਾ ਤੁਹਾਡੇ ਮੈਂ ਤੁਹਾਨੂੰ ਦੱਸੀ ਤੇ ਜਾਣਾ ਹੈ। ਕਾਰਪੋਰੇਟ ਘਰਾਣਿਆਂ ਦੇ ਵਿੱਚ ਜਿਹੜੀ ਚੀਜ਼ ਪਹੁੰਚ ਗਈ, ਉਹ ਚੀਜ਼ ਜੇ ਤੁਹਾਡੇ ਕੋਲ ਛੱਲੀ ਇੱਥੇ ਮੰਨ ਲਓ 5 ਰੁਪਏ ਦੀ ਹੈ। ਮੋਲ ਦੇ ਵਿੱਚ ਰਿਲਾਇੰਸ ਪ੍ਰੈਸ ਤੇ ਤੁਹਾਨੂੰ 40 ਰੁਪਏ ਦੀ ਮਿਲਦੀ ਹੈ। ਇਸ ਤੋਂ ਵੱਡਾ ਹੋਰ ਮੈਂ ਤੁਹਾਨੂੰ ਕੋਈ ਹੋਰ ਐਗਜ਼ਾਮਪਲ ਤਾਂ ਨਹੀਂ ਦੇ ਸਕਦਾ। ਜਿਹੜੀ ਕਣਕ ਤੁਹਾਡੇ ਕੋਲ 20 ਰੁਪਏ ਕਿਲੋ ਹੈਗੀ ਹੈ, ਤੁਸੀਂ ਰਿਲਾਇੰਸ ਪ੍ਰੈਸ ਤੇ ਲੈਣ ਜਾਓ ਤੁਹਾਨੂੰ 45 ਰੁਪਏ ਦਾ ਕਿਲੋ ਦਾ ਪੈਕੇਟ ਮਿਲੇਗਾ। ਇਸੇ ਤਰ੍ਹਾਂ ਜਿਹੜੀਆਂ ਸਬਜ਼ੀਆਂ ਹੈਗੀਆਂ ਆਲੂ ਹੈ ਜੇ ਬਾਹਰ ਤੁਹਾਨੂੰ 15 ਰੁਪਏ ਜਾਂ 25 ਰੁਪਏ ਕਿਲੋ ਮਿਲਦਾ ਉੱਥੇ ਤੁਹਾਨੂੰ 40 ਰੁਪਏ ਕਿਲੋ ਮਿਲਦਾ ਇਹਦਾ ਮਤਲਬ ਉਹਨਾਂ ਦੇ ਆਪਣੇ ਰਾਈਟਸ ਹੋ ਜਾਂਦੇ ਤੁਹਾਡੇ ਹੱਥ ਵੱਢ ਕੇ ਤੇ ਬਾਅਦ ਚੋਂ ਜਿਵੇਂ ਆਪਣੀ ਮਨਪਸੰਦ ਦੇ ਰੇਟ ਤੇ ਤੁਹਾਨੂੰ ਚੀਜ਼ ਦੇਣਗੇ ਜਿਹੜਾ ਮਾਡਲ ਤੁਸੀਂ ਤਿਆਰ ਕੀਤਾ ਇਹ ਦਿਮਾਗ ਚ ਕਿੱਥੋਂ ਆਇਆ ਔਰ ਕਿਸ ਚੀਜ਼ ਦਾ ਮਾਡਲ ਬਣਾਂ ਮੈਂ ਇੱਕ ਕਲਾਕਾਰ ਹਰ ਇੱਕ ਕਿਸੇ ਈਵੈਂਟ ਤੇ ਖੁਸ਼ੀ ਤੇ ਜਾਂ ਕੋਈ ਤਿਹਾਰ ਹੁੰਦਾ ਜਾਂ ਕੋਈ ਗੁਰਪੁਰਬ ਹੁੰਦਾ ਜਾਂ ਕੋਈ ਜਿੰਨੇ ਵੀ ਨੈਸ਼ਨਲ ਈਵੈਂਟਸ ਹੁੰਦੇ ਨੇ ਜਾਂ ਸਮਾਜਿਕ ਈਵੈਂਟਸ ਹੁੰਦੇ ਨੇ ਤਾਂ ਆਪਣੀ ਕਲਾਕਾਰੀ ਦੇ ਜਰੀ ਕਿਉਂਕਿ ਦੇਸ਼ ਦਾ ਅੰਨਦਾਤਾ ਕਿਸਾਨ ਹੈ ਦੇਸ਼ ਨੂੰ ਅੰਨ ਦੇਣ ਵਾਲਾ ਦੁੱਧ ਦੇਣ ਵਾਲਾ ਪਦਾਰਥ ਦੇਣ ਵਾਲਾ ਜਿਹਦੇ ਕਰਕੇ ਅਸੀਂ ਆਪਣੇ ਬੱਚਿਆਂ ਦਾ ਢਿੱਡ ਭਰ ਕੇ ਸੌਂਨੇ ਆ ਅੱਜ ਅਗਰ ਉਹ ਸੜਕਾਂ ਤੇ ਬੈਠਾ ਤਾਂ ਲੱਖ ਲਾਂਤ ਐ ਹੋ ਜੀਆਂ ਸਰਕਾਰਾਂ ਤੇ ਲੱਖ ਲਾਂਤ ਐ ਹੋ ਜੇ ਕਾਨੂੰਨਾਂ ਤੇ ਜਿਹੜੇ ਇਹ ਕਹਿੰਦੇ ਤੁਹਾਨੂੰ ਬਹੁਤ ਫਾਇਦਾ ਹੋਏਗਾ ਰੋਜ਼ ਦੋ ਚਾਰ ਜਾਨਾਂ ਜਾ ਰਹੀਆਂ ਕਦੇ ਕੋਈ 80 ਸਾਲ ਦਾ ਬਜ਼ੁਰਗ ਚੜ੍ਹਾਈ ਕਰ ਜਾਂਦਾ ਕਦੇ ਕੋਈ 60 ਸਾਲ ਦੇ ਦਾ ਹਾਰਟ ਅਟੈਕ ਹੋ ਜਾਂਦਾ ਤੁਸੀਂ ਖੁਦ ਆ ਕੇ ਜਾ ਕੇ ਉੱਥੇ ਉਹਨਾਂ ਦੇ ਨਾਲ ਬਹਿ ਕੇ ਇੱਕ ਰਾਤ ਕੱਟੋ ਤੁਹਾਨੂੰ ਪਤਾ ਲੱਗੇ ਕਿੰਨਾ ਸੁੱਖਾਂ ਦਾ ਸੰਘਰਸ਼ ਹੈ ਕਿ ਮੋਡਲ ਜਿਹੜਾ ਤੁਸੀਂ ਪ੍ਰੈਜੈਂਟ ਕਰੋਗੇ ਕਿਸ ਨੂੰ ਇਹ ਪ੍ਰੇਜ਼ੈਂਟ ਕਰਾਂਗੇ ਨਹੀਂ ਮੈਂ ਜੇ ਲੋੜ ਪਈ ਤਾਂ ਬੜੀ ਜਲਦੀ ਉੱਥੇ ਸੰਘਰਸ਼ ਦੇ ਵਿੱਚ ਲੈ ਕੇ ਜਾਵਾਂਗੇ ਹੋਰ ਲੋਕਾਂ ਨੂੰ ਜਾਗਰੂਕ ਕਰਾਂਗੇ ਪੰਜਾਬ ਦੇ ਆਵਾਮ ਨੂੰ ਕਹਾਂਗੇ ਨਾਲ ਜੁੜੋ ਸੰਘਰਸ਼ ਜਿੰਨਾ ਵੱਡਾ ਹੋਏਗਾ ਜਿਹੜਾ ਕੇਂਦਰ ਸਰਕਾਰ ਦੇ ਕੰਨਾਂ ਤਾਈਂ ਹੋਰ ਤੇਜ਼ ਆਵਾਜ਼ ਪਹੁੰਚੇਗੀ ਤੇ ਇਹ ਸੰਨ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜਿਨ੍ਹਾਂ ਵੱਲੋਂ ਇੱਕ ਮਾਡਲ ਚਾਰ ਕੀਤਾ ਗਿਆ ਹੈ ਅੰਦਾਜ਼ੀਏ ਭਾਰਤ ਦੇ ਨਕਸ਼ੇ ਦੀ ਸ਼ਕਲ ਵਿੱਚ ਮਾਡਲ ਚਾਰ ਕੀਤਾ ਗਿਆ ਜਿੱਥੇ ਕਿ ਕਿਸਾਨੀ ਦੀ ਦੁਰਦਸ਼ਾ ਜਿਹੜੀ ਹੈ ਉਹ ਦਿਖਾਈ ਗਈ ਹੈ ਔਰ ਦੱਸਿਆ ਗਿਆ ਵੀ ਲਗਾਤਾਰ ਜਿਹੜੇ ਕਿਸਾਨ ਸੰਘਰਸ਼ ਤੇ ਬੈਠੇ ਹੋਏ ਨੇ ਨਵੇਂ ਖੇਤੀ ਬਿੱਲਾਂ ਦੇ ਖਿਲਾਫ ਕਿਉਂਕਿ ਜੇਕਰ ਇਹ ਖੇਤੀ ਕਾਨੂੰਨ ਲਾਗੂ ਹੁੰਦੇ ਨੇ ਤਾਂ ਕਿਸਾਨੀ ਜਿਹੜੀ ਬਰਬਾਦ ਹੋ ਕੇ ਰਹਿ ਜਾਏਗੀ ਇਸ ਕਰਕੇ ਉਹਨਾਂ ਵੱਲੋਂ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਔਰ ਉਹਨਾਂ ਵੱਲੋਂ ਇਹ ਹੀ ਅਪੀਲ ਕੀਤੀ ਗਈ ਦੇਸ਼ ਵਾਸੀਆਂ ਨੂੰ ਵੀ ਇਸ ਵਾਰ ਨਵਾਂ ਸਾਲ ਨਾ ਮਨਾਇਆ ਜਾਵੇ ਕਿਉਂਕਿ ਤੁਹਾਨੂੰ ਦੱਸ ਦਈਏ ਜਿੱਥੇ ਲਗਾਤਾਰ ਕਿਸਾਨ ਕਰੀਬ-ਕਰੀਬ 32 ਦਿਨ ਹੋ ਗਏ ਨੇ ਦਿੱਲੀ ਬਾਰਡਰ ਤੇ ਡਟੇ ਹੋਏ ਨੇ ਇਹ ਜਿਹੜੇ ਖੇਤੀ ਕਾਨੂੰਨ ਖਾਰਜ ਕਰਵਾਉਣ ਵਾਸਤੇ ਉੱਥੇ ਆਮ ਜਨਤਾ ਵੀ ਜਿਹੜੀ ਅੱਗੇ ਆ ਰਹੀ ਔਰ ਹੁਣ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨਵੀ ਕਿਸਾਨਾਂ ਦੀ ਹਮਾਇਤ ਵਿੱਚ ਵੱਡਾ ਹੌਕਾ ਦਿੱਤਾ ਹੈ ਕਮੇਪਰਸਨ ਮੁਕੇਸ਼ ਬਾਵਾਣਾ ਸਿਕੰਦਰ ਪਸੀਚਾ ਡੈਨਿਕ ਸੁਰਾ ਟੀਵੀ अमृतसर ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे में समाधान फ्री फ्री फ्री, फ्री मियां रफीक मोहम्मद मोबाइल चौरासी तीन सौ